बंद पाया मेरे सतगुर पूरे ओई सरब कल्या ओई सरब कल्या बंद पाया मेरे सतगुर पूरे होई सरब कन्या साचा साहेब सत मेहरबान बंद पाया मेरे सतगुर पूरे होई सरब कल्याण होई सरब कल्याण साचा साहिब सद मेहरबान साचा साहिब सद मेहरबान बंद पाया मेरे सतगुर पूरे होई सरब कल्याण होई सरब कल्याण हमरी गणत ना गणिया पाई अपना बिरद पछाण अपना बिरद पछाण अपना बिरद पछाण अपना साचा साहेब सत मेहरबान बंद पाया मेरे सतगुर पूरे होई सरब कल्याण होई सरब सत मेहरबान साचा साहिब सत मेहरबान बंद पाया मेरे सतगुर पूरे होई सरब कल्याण हाथ दे
ਰਾਖੇ ਕਰ ਆਪਣੇ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਦਾ ਸਦਾ ਰੰਗ ਮਾਣ ਹਾਥ ਦੇ ਸਦਾ ਸਦਾ ਰੰਗ ਮਾਣ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਂ ਦਿੱਤਾ ਪਹਿਨਣ ਖਾਂ ਅੰਨ ਖਾਣਾ ਕੱਪੜ ਪਹਿਨਣ ਦੀਆ ਹਾਂ ਅਨਖਾਣਾ ਕੱਪੜ ਪਹਿਨਣ ਦੀਆ ਰਸ ਅਨਭੋਗਣੀ ਜਿੰਦੀ ਏ ਸੋ ਚਿਤ ਨਯਾ ਵਈ ਪਸ਼ੂ ਹੋ ਕਰ ਜਾਣੀ ਪਸ਼ੂ ਹੋ ਕਰ ਜਾਣੀ ਦਿੱਤਾ ਪਹਿਨਣ ਮੇਰੇ ਰਾ ਮੇਰੇ ਰਾ ਮੇਰੇ ਰਾ ਮੇਰੇ ਰਾ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਆ ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ ਦਿੱਤਾ ਪਹਿਨਣ ਖਾਂ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇਂ ਜਿਸ ਦੇਈ ਦਿੱਤਾ ਪਹਿਨਣ ਖਾਂ ਦਾਤੇ ਦਾ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇਂ ਕਿਸ ਦੇ ਹੀ ਦਿੱਤਾ ਪਹਿਨਣ ਖਾਂ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰਵਾ ਆਪ ਪੈਜ ਰਾਖੀ ਕੌਣ ਰੱਖਦਾ ਆਇਆ ਭਗਤਾਂ ਦੀ ਵੀ ਪੈਜ ਰੱਖ ਲਈ ਤੁਹਾਡੀ ਤੇ ਰੱਖਦਾ ਆਇਆ ਸਾਡੀ ਤੇ ਰੱਖਦਾ ਆਇਆ ਭਗਤਾਂ ਦੀ ਵੀ ਪੈਜ ਰੱਖ ਲਈ ਅੱਜ ਜਿਹਦਾ ਦਿਨ ਮਨਾ ਰਹੇ ਹੋ ਨਾ ਗੱਲ ਉਹਦੀ ਇਬਾਦਤ ਨਹੀਂ ਕੀ ਅੱਜ ਹੋਲਾ ਮਹੱਲਾ ਮਨਾ ਰਹੇ ਪ੍ਰਸੰਗ ਜ਼ਰੂਰ ਸੁਣਿਆ ਗੁਰਕਲਗੀਧਰ ਪਾਤਸ਼ਾਹ ਜੀ ਦਾ ਅੰਮ੍ਰਿਤ ਦੀ ਦਾਤ ਕਿਵੇਂ ਮਿਲੀ ਗੁਰੂ ਤੋਂ ਭਰੋਸਾ ਕਿਵੇਂ ਹੋਇਆ ਗੁਰੂ ਦੀ ਸੇਵਾ ਕਿਵੇਂ ਕੀਤੀ ਪਰ ਅਸਲ ਗੱਲ ਭਗਤਾਂ ਦੀ ਉਹ ਭੁੱਲ ਗਏ ਹਰ ਯੁਗ ਯੁਗ ਭਗਤ ਉਪਾਇਆ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਧਰਾਇਆ ਹੁਣ ਕੌਣ ਅੱਜ ਜਿਹਦਾ ਦਿਨ ਮਨਾ ਰਹੇ ਹਾਂ ਨਾ ਇੱਥੇ ਗੱਲ ਟੁੱਕ ਜਾਂਦੀ ਕਿ ਭਗਤਾਂ ਦੀ ਕੌਣ ਰੱਖਦਾ ਪ੍ਰਹਿਲਾਦ ਅੱਜ ਦੇ ਦਿਨ ਪ੍ਰਹਿਲਾਦ ਦੀ ਭੂਆ ਜਿਹਦਾ ਨਾਮ ਹੋਲਕਾ ਸੀ ਉਹਨੂੰ ਵਰ ਮਿਲਿਆ ਸੀ ਕਿ ਨਾ ਮੈਂ ਅੱਗ ਵਿੱਚ ਮਰਾਂ ਨਾ ਪਾਣੀ ਨਾਲ ਮੈਨੂੰ ਕੋਈ ਮਾਰ ਨਹੀਂ ਸਕਦਾ ਪਰ ਸਾਹਿਬ ਜੀ ਕਹਿੰਦੇ ਨੇ ਉਹ ਦਿਨ ਤੇਰੇ ਤੇ ਵੀ ਆਉਣਾ ਕਾਲ ਪਾਏ ਬ੍ਰਹਮਾ ਬਵਤਰਾ
ਕਾਲ ਪਾਏ ਸ਼ਿਵਜੀ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਪਾਤਸ਼ਾਹ ਕਹਿੰਦੇ ਨੇ ਸਕਲ ਕਾਲ ਕਾ ਕੀਆ ਤਮਾਸ਼ਾ ਫਿਰ ਉਸ ਕਾਲ ਦੇ ਵਿੱਚ ਤੂੰ ਵੀ ਫਸਣਾ ਹੁਣ ਅੱਜ ਦਾ ਦਿਨ ਆ ਗਿਆ ਉਸ ਕਾਲ ਵਿੱਚ ਹੋਲਕਾ ਫਸ ਗਏ ਤੇ ਪ੍ਰਹਲਾਦ ਸੀ ਜਿਹੜਾ ਉਹ ਹੋਲਕਾ ਦਾ ਸਕਾ ਭਤੀਜਾ ਸੀ ਪ੍ਰਹਲਾਦ ਨੂੰ ਹੋਲਕਾ ਆਪਣੀ ਝੋਲੀ ਵਿੱਚ ਲੈ ਕੇ ਬੈਠ ਗਈ ਕਿ ਮੈਂ ਤੇ ਬਚ ਜਾਣਾ ਤੇ ਪ੍ਰਹਲਾਦ ਮਰ ਜਾਣਾ ਤੇ ਅੰਸ਼ ਖਤਮ ਹੋ ਜਾਏਗਾ ਆ ਤਾਂ ਅਸੀਂ ਗੁਲਾਲ ਖੇਡ ਲੈਂਦੇ ਹਾਂ ਨਾ ਰੰਗ ਇੱਕ ਦੂਜੇ ਤੇ ਲਾਉਂਦੇ ਹਾਂ ਭਾਈ ਸਾਹਿਬ ਜੀ ਕਹਿ ਰਹੇ ਸਨ ਜਦੋਂ ਰੰਗ ਲਾਉਂਦੇ ਹਾਂ ਤੇ ਆਪਣੇ ਆਪ ਨੂੰ ਪਤਾ ਲੱਗ ਜਾਂਦਾ ਆਪਾਂ ਜਦੋਂ ਕਿਸੇ ਦੀ ਬਾਡੀ ਨੂੰ ਟੱਚ ਕਰਦੇ ਭਾਈ ਸਾਹਿਬ ਜੀ ਨੇ ਬਿਲਕੁਲ ਸਹੀ ਗੱਲ ਆਖੀ ਸੀ ਪਰ ਇੱਥੇ ਗੱਲ ਟੱਚ ਕਰਨ ਦੀ ਨਹੀਂ ਜੇ ਇੱਥੇ ਗੱਲ ਇੱਕ ਸਚਿਆਈ ਦੀ ਜੇ ਹੁਣ ਪ੍ਰਹਲਾਦ ਦੀ ਭੂਆ ਪ੍ਰਹਲਾਦ ਨੂੰ ਲੈ ਕੇ ਅੱਗ ਵਿੱਚ ਬੈਠ ਗਈ ਕਿ ਮੈਂ ਤੇ ਬਚ ਜਾਣਾ ਤੇ ਪ੍ਰਹਲਾਦ ਮਰ ਜਾਏਗਾ ਹੋਇਆ ਕਿ ਭਗਤਾਂ ਦੀ ਸਦਾ ਰੱਖਦਾ ਹਰ ਜੀ ਭਗਤਾਂ ਦੀ ਰੱਖ ਲਈ ਤੇ ਜਦੋਂ ਅੱਗ ਵਿੱਚ ਬੈਠੀ ਤੇ ਪ੍ਰਹਲਾਦ ਬਚ ਗਿਆ ਤੇ ਹੋਲਕਾ ਉਹਦਾ ਨਾਸ ਹੋ ਗਿਆ ਮਰ ਗਿਆ ਦੁਨੀਆਂ ਤੋਂ ਨਾਮ ਖਤਮ ਹੋ ਗਿਆ ਅੱਜ ਦੇ ਦਿਨ ਤੁਸੀਂ ਦੇਖਿਆ ਹੋਵੇਗਾ ਕਈ ਮੇਰੇ ਹਿੰਦੂ ਭਰਾ ਉਹ ਹੋਲੀ ਨੂੰ ਸਾੜਦੇ ਨੇ ਰਾਤ ਸਾੜਦੇ ਇਤਿਹਾਸ ਪਰ ਗੁਰੂ ਭਗਤਾਂ ਦੀ ਜ਼ਰੂਰ ਰੱਖਦਾ ਜੀ ਤੇ ਗੁਰੂ ਸਿੱਖਾਂ ਦੀ ਵੀ ਰੱਖਦਾ ਜੀ ਸਿੱਖਾਂ ਦੀ ਰੱਖੀ ਹੈ ਨਾ ਲਾਜ ਅੱਜ ਸਿੱਖ ਇਤਨੀ ਦੂਰ ਤੋਂ ਚੱਲ ਕੇ ਗੁਰੂ ਕਾ ਪਿਆਰਾ ਭਾਵੇਂ ਉਹ ਸਿੱਖ ਨਹੀਂ ਸਹਿਜਧਾਰੀ ਹੋਵੇਗਾ ਇੱਕ ਆਸ ਰੱਖ ਕੇ ਆਇਆ ਇਸ ਘਰ ਦੇ ਵਿੱਚ ਪਾਤਸ਼ਾਹ ਮੇਰੀ ਝੋਲੀ ਖਾਲੀ ਹੈ ਅੱਜ ਮੈਂ ਤੇਰੇ ਕੋਲੋਂ ਕੁਝ ਲੈ ਕੇ ਜਾਣਾ ਉਹ ਢੀਠ ਮੰਗਦਾ ਹੈ ਜਿਹਨੂੰ ਮੰਗਣ ਦੀ ਜਾਚ ਕਿਉਂ ਸਾਨੂੰ ਮੰਗਣ ਦੀ ਜਾਚ ਅਸੀਂ ਆਉਂਦੇ ਹਾਂ ਮਨ ਵਿੱਚ ਹੰਕਾਰ ਕੀਤਾ ਜੇ ਮੈਂ ਨਾ ਇੱਥੇ ਹੁੰਦਾ ਤੇ ਆਹ ਸੇਵਾ ਮੈਂ ਨਹੀਂ ਸੀ ਹੋਣ ਦੇਣੀ ਕਿਉਂ ਮੈਂ ਹੈਗਾ ਤੇ ਇਹ ਸੇਵਾ ਹੋਈ ਭਾਈ ਕਵੀਨ ਸਿੰਘ ਜੀ ਤੁਹਾਡੀ ਇੱਜ਼ਤ ਤੇ ਮੈਂ ਰੱਖੀ ਇੱਥੇ ਮੈਂ ਆ ਜਾਂਦੀ ਏ ਹੋਮੇ ਆ ਜਾਂਦੀ ਏ ਜਦੋਂ ਹੋਮੇ ਆ ਗਈ ਤੇ ਫਿਰ ਪਾਤਸ਼ਾਹ ਕਹਿੰਦੇ ਨੇ ਹੋਮੇ ਦੀਰਘ ਰੋਗ ਹੈ ਬੜਾ ਵੱਡਾ ਦੀਰਘ ਰੋਗ ਹੈ ਹੋਮੇ ਦਾ ਉਹ ਖਤਮ ਹੋ ਜਾਂਦੀ ਜਦੋਂ ਹੋਮੇ ਖਤਮ ਹੋ ਗਈ ਜਦੋਂ ਹੋਮੇ ਮਰ ਗਈ ਤੇ ਫਿਰ ਗੁਰੂ ਨਾਨਕ ਟੁੱਟ ਜਾਂਦਾ ਆਓ ਆਖਰੀਆਂ ਪੜ੍ਹ ਕੇ ਪੰਕਤੀਆਂ ਸਮਾਪਤੀ ਕਰੀਏ ਗੁਰੂ ਬਖਸ਼ਿਸ਼ ਕਰੇ ਗੁਰੂ ਰਹਿਮਤ ਕਰੇ ਅੱਜ ਉਹ ਰਹਿਣ ਸਵਾਈ ਕੀਰਤਨ ਸਮਾਗਮ ਸ਼ੁਰੂ ਹੋਣਾ ਹੈ ਗੁਰੂ ਕੋਲੋਂ ਆਗਿਆ ਲੈ ਕੇ ਗੁਰੂ ਕੋਲੋਂ ਬਖਸ਼ਿਸ਼ ਅਰਦਾਸ ਬੇਨਤੀ ਸੰਖੇਪ ਵਿੱਚ ਕਰਕੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਸਾਨੂੰ ਰਹਿਣ ਸਵਾਈ ਦੀ ਆਗਿਆ ਬਖਸ਼ਿਸ਼ ਕਰੋ ਤਾਂ ਜੋ ਅਸੀਂ ਵੀ ਅੱਜ ਸਾਰੀ ਰਾਤ ਤੇਰੇ ਨਾਮ ਦੀਆਂ ਗੂੰਜਾਂ ਪਾ ਸਕੀਏ ਆਓ ਆਖਰੀਆਂ ਪੰਕਤੀਆਂ ਪੜ੍ਹ ਕੇ ਕਰੀਏ ਸਮਾਪਤੀ ਜੀ ਜੀਓ ਪਾਏ ਪਿੰਡ ਜਿਨ ਸਾਰਿਆ ਆਪ ਪੈਜ ਰਾਖੀ 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 ਵਾਹਿਗੁਰੂ ਵਾਹਿਗੁਰੂ
वाहगुरु वाहगुरु जप वाहगुरु करो कृपा वाहगुरु 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 जप सतनाम 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 जी जपो सतनाम करो कृपा सारी संगत वाहगुरु 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 सतनाम वाहगुरु सतनाम वाहगुरु जपो सतनाम मेरा राखा सब नीताई तू मेरा राखा सब नीताई सब नीताई सब नीताई सब नीताई हर जी माता हर जी पिता हर जी नौपत पालक हर जी मेरी सार करे हम हर के बालक हर जी मेरी सार करे हर जी मेरी सार करे हम हर के बालक हर जी मेरी सार करे हम हर के बालक अपने दास की आप पैज राखी अपने दास की आप पैज राखी पिता पैनन खाण दिता पैनन खाण अपने दास की आप पैज राखी नानक सत कुर्बान नानक सत कुर्बान साचा साहिब सत मेहरबान साचा साहिब सत मेहरबान मेरे सतगुरु पूरे सब कल्याण होई सब कल्याण होई सब कल्याण होई सब कल्याण साहेब सत मेहरबान बंद पाया मेरे सतगुर पूरे होई सरब कल्याण होई सरब कल्याण कल्याण होई सरब कल्याण
बंद पाया मेरे सतगुर सारी संगत रल के करो बचन नु सांझा बंद पाया मेरे सतगुर पूरे होई सर्व कल्याण खालसा 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 काल पुरख की प्रगट खालसा परमात्म की खालसा काल पुरख की प्रगट खालसा परमात्म की होला महला सी ते साथी होली सी ते करो रसनन पवित्र सारी संगत जेड़े पावे थले बैठे ने ते जेड़े पावे बार खड़े ने ते जेड़े आसे पसे गल्ला भी कर रहे हो ते गज गज के गूंज जकारिया दी होनी चाहिए गज के करे हो बोले सोने दर्शन किए हैं आओ हुण सतगुरु जी के चरणों चो आ गया सारे हाथ जोड़ के आ गया मंगीए पातशाह हुण रहण सुभाई कीर्तन दरबार आप जी दे पितर स्थान ते होना है आप अपना मेरा पर्याप्त रख के सारी रात आप जी ने कीर्तन की सेवा लेनी है
ਨੀਵੇਂ ਹੋ ਕੇ ਸਾਡੇ ਕੋਲੋਂ ਸਤਿਗੁਰੂ ਜੀ ਅਸੀਂ ਨੀਵੇਂ ਹੋ ਕੇ ਤੁਹਾਡੇ ਕੋਲੋਂ ਚੁੱਕ ਕੇ ਇਹ ਸੇਵਾ ਕਰ ਲਈਏ ਇਹ ਅਰਦਾਸ ਗੁਰੂ ਦੇ ਚਰਨਾਂ ਵਿੱਚ ਮੰਗ ਕਰਕੇ ਕਰਨੀ ਹੈ ਮੈਂ ਧੰਨਵਾਦੀ ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸੈਕਟਰੀ ਸਾਹਿਬ ਜੀ ਦਾ ਹੈੱਡ ਗ੍ਰੰਥੀ ਸਾਹਿਬ ਜੀ ਦਾ ਸਮੂਹ ਸੇਵਾਦਾਰਾਂ ਦਾ ਖਾਸ ਕਰਕੇ ਹਰਜਸ ਜੋ ਰਿਕਾਰਡ ਵਾਲੇ ਪੰਜਾਬ ਤੋਂ ਆਏ ਹਨ ਸਤਿਗੁਰੂ ਜੀ ਕਿਰਪਾ ਕਰਨ ਦਿੱਲੀ ਦੀ ਧਰਤੀ ਤੋਂ ਹਰਜਸ ਰਿਕਾਰਡ ਵਾਲੇ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਰੇ ਇਸ ਸਮਾਗਮ ਦੀ ਰਿਕਾਰਡਿੰਗ ਕੀਤੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਤਸੰਗ ਜੀ ਇਸੇ ਤਰ੍ਹਾਂ ਗੁਰੂ ਦੇ ਕੀਰਤਨੀਆਂ ਦਾ ਲਿੰਕ ਜੁੜ ਜਾਂਦਾ ਹੈ ਅਸੀਂ ਪਿਛਲੇ ਸਮੇਂ ਦੇ ਵਿੱਚ ਸਾਡੇ ਪਟਿਆਲੇ ਸਥਾਨ ਦੇ ਉੱਤੇ ਬਾਬਾ ਰਾਮ ਜੀ ਦਾ ਡੇਰਾ ਹੈ ਉੱਥੇ ਕੀਰਤਨ ਦੀ ਹਾਜ਼ਰੀ ਭਰ ਰਹੇ ਸੀ ਬੱਚੇ ਤੇ ਉੱਥੇ ਕੀਰਤਨ ਗੁਹਾਟੀ ਤੋਂ ਕੋਈ ਸੰਗਤ ਸੁਣ ਰਹੀ ਸੀ ਤੇ ਉਹ ਸਮਾਗਮ ਗੁਰੂ ਨਾਨਕ ਸਾਹਿਬ ਦਾ ਬੁੱਕ ਉਸ ਟੈਲੀਵਿਜ਼ਨ ਦੇ ਥਰੂ ਉੱਥੋਂ ਬੁੱਕ ਹੋ ਗਿਆ ਤੇ ਉੱਥੇ ਉਹਦੀ ਧਰਤੀ ਤੇ ਇਹ ਬੱਚੇ ਫਿਰ ਦਰਸ਼ਨ ਕਰ ਆਏ ਕਿਉਂ ਦਾਸ ਤੇ ਬਾਹਰ ਸੀ ਹੁਣ ਵੀ ਦੱਸ ਰਿਹਾ ਨੇ ਚਲੇ ਜਾਣਾ ਹੈ ਵਿਦੇਸ਼ ਵਿੱਚ ਸੋ ਇਸਨੂੰ ਸੇਵਾ ਨੂੰ ਪ੍ਰਵਾਨ ਕਰਨਾ ਬਹੁਤ ਤਹਿ ਦਿਲੋਂ ਧੰਨਵਾਦ ਹਾਂ ਗੁਰੂ ਸੰਗਤ ਦਾ ਇਸਨੂੰ ਸੇਵਾ ਨੂੰ ਪ੍ਰਵਾਨ ਕਰਨਾ ਦਸਰਿਆਂ ਦੀਆਂ ਫੁੱਲਾਂ ਦਸਰਿਆਂ ਦੀ ਝੋਲੀ ਵਿੱਚ ਪਾ ਦੇਣਾ ਕਿਉਂ ਹੁਣ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਹੋ ਜਾਵੇਗਾ ਉਸ ਤੋਂ ਉਪਰੰਤ ਫਿਰ ਇਹ ਜੋ ਕੀਰਤਨ ਦੀ ਲੜੀ ਹੈ ਇਸੇ ਤਰ੍ਹਾਂ ਚੱਲ ਪਏਗੀ ਦਸਰਿਆਂ ਦੀਆਂ ਫੁੱਲਾਂ ਦਸਰਿਆਂ ਦੀ ਝੋਲੀ ਵਿੱਚ ਪਿਆਰ ਸਹਿਤ ਫਤਿਹ ਗਜਾਓ ਆਖੋ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।